ਫਰੀ 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 ਸ਼ਬਦ ਸੁਣਦਿਆਂ ਹੀ ਸਾਡਾ ਮਨ ਸਾਡਾ ਦਿਮਾਗ ਇੱਕਦਮ ਜਾਗ ਜਾਂਦਾ ਹੈ ਕਿ ਫਰੀ ਕੀ ਹੈ ਅਸਲ ਵਿੱਚ ਫਰੀ ਕੁਝ ਵੀ ਹੋਵੇ ਅਸੀਂ ਕਦੇ ਛੱਡਿਆ ਹੀ ਨਹੀਂ ਇਹ ਇਨਸਾਨੀ ਫਿਤਰਤ ਹੈ ਖਾਸ ਕਰਕੇ এਸ਼ੀਆ ਮਹਾਦੀਪ ਦੇ ਲੋਕ ਤਾਂ ਫਰੀ ਦੀਆਂ ਚੀਜ਼ਾਂ ਫਰੀ ਦੇ ਪਿੱਛੇ ਪਾਗਲ ਹੋ ਜਾਂਦੇ ਨੇ ਅੱਜ ਦੇ ਵੀਡੀਓ ਦੇ ਵਿੱਚ ਗੱਲ ਕਰਾਂਗੇ ਐਸੇ ਫ੍ਰੀ ਦੇ ਮੁੱਦੇ ਤੇ ਪਰ ਇਹ ਜਿਹੜਾ ਫ੍ਰੀ ਹੈ ਕਿਸੇ ਕੰਪਨੀ ਦੀ ਸਕੀਮ ਜਾਂ ਕੋਈ ਆਫਰ ਨੂੰ ਲੈ ਕੇ ਨਹੀਂ ਹੋਵੇਗਾ ਇਹ ਫ੍ਰੀ ਹੋਵੇਗਾ ਸਿਆਸਤ ਵਾਲਾ ਫ੍ਰੀ ਜੋ ਸਿਆਸਤੀ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਮੁਫਤ ਦੇ ਵਿੱਚ ਫ੍ਰੀ ਵਿੱਚ ਫ੍ਰੀ ਦੀ ਬਿਜਲੀ ਫ੍ਰੀਆਂ ਆਟਾ ਦਾਲੇ ਫ੍ਰੀ ਦਾ ਬੱਸ ਸਫਰ ਫ੍ਰੀ ਦੇ ਮੋਬਾਈਲ ਫ੍ਰੀ ਦੇ ਲੈਪਟਾਪ ਤੇ ਹੋਰ ਪਤਾ ਨਹੀਂ ਕੀ ਕੁਝ ਅਸਲ ਵਿੱਚ ਜਦੋਂ ਵੀ ਵੋਟਾਂ ਨੇੜੇ ਆਉਂਦੀਆਂ ਨੇ ਤਾਂ ਵੋਟਾਂ ਲੈਣ ਦੇ ਲਈ ਲੋਕਾਂ ਦੇ ਅੱਗੇ ਇੱਕ ਕਾਰਡ ਖੇਡਿਆ ਜਾਂਦਾ ਹੈ ਅੱਜ ਦੀ ਹਰੇਕ ਪਾਰਟੀ ਦਾ ਇਹ ਇੱਕ ਪੈਂਤੜਾ ਬਣ ਚੁੱਕਾ ਆ ਕਿ ਹਰ ਇੱਕ ਪਾਰਟੀ ਜਿਹੜੀ ਹੈ ਅੱਜ ਦੇ ਸਮੇਂ ਦੇ ਵਿੱਚ ਇਸ ਸਿਆਸੀ ਪੈਂਤੜੇ ਨੂੰ ਖੇਡਦੀ ਹੀ ਖੇਡਦੀ ਹੈ ਵੋਟਾਂ ਲੈਣ ਦੇ ਖਾਤਰ ਜੇਕਰ ਗੱਲ ਕਰੀਏ ਇਹ ਫ੍ਰੀ ਕੀ ਹੁੰਦਾ ਹੈ ਇੱਕ ਤਰ੍ਹਾਂ ਨਾਲ ਕਹਿ ਲੋ ਲੈਂਡ ਦੇਣ ਜਾਂ ਇੱਕ ਰਿਸ਼ਵਤ ਜੀ ਆ ਤੁਸੀਂ ਲੋਕਾਂ ਨੂੰ ਦੇ ਰਹੇ ਹੋ ਸਾਨੂੰ ਵੋਟਾਂ ਪਾਓ ਅਸੀਂ ਤੁਹਾਨੂੰ ਆ ਚੀਜ਼ ਮੁਫਤ ਦੇ ਵਿੱਚ ਦਵਾਂਗੇ ਤੇ ਲੋਕ ਬੜੇ ਖੁਸ਼ ਹੋ ਜਾਂਦੇ ਨੇ ਸਾਨੂੰ ਆ ਫ੍ਰੀ ਚ ਮਿਲ ਰਿਹਾ ਚਲੋ ਇੱਕ ਵੋਟ ਹੀ ਆ ਪਾ ਦਿੰਨੇ ਆ ਇਸ ਫ੍ਰੀ ਨੂੰ ਇੰਗਲਿਸ਼ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਫ੍ਰੀ ਬੀਜ਼ ਕਹਿੰਦੇ ਨੇ ਇਸ ਵੇਲੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਚੱਲ ਰਹੀ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਘਰਾਂ ਦੀ ਬਿਜਲੀ ਮੁਫਤ ਵਿੱਚ ਦਿੱਤੀ ਜਾ ਰਹੀ ਹੈ ਨਾਲ ਦੀ ਨਾਲ ਬੀਬੀਆਂ ਦੇ ਵਾਸਤੇ ਬੱਸਾਂ ਦਾ ਸਫ਼ਰ ਮੁਫਤ ਦੇ ਵਿੱਚ ਹੈ ਬੀਬੀ ਐਸ ਗੱਲ ਨੂੰ ਲੈ ਕੇ ਬਹੁਤ ਖੁਸ਼ ਨੇ ਤੇ ਥੋੜਾ ਪਹਿਲਾਂ ਦੀ ਗੱਲ ਕਰ ਲਈਏ ਤਾਂ ਕੈਪਟਨ ਸਾਹਿਬ ਦੇ ਵੱਲੋਂ ਫਰੀ ਦੇ ਵਿੱਚ ਮੋਬਾਈਲ ਫੋਨ ਵੰਡੇ ਗਏ ਸੀ ਉਹਨਾਂ ਤੋਂ ਵੀ ਪਹਿਲਾਂ ਦੀ ਗੱਲ ਕਰ ਲਈਏ ਤਾਂ ਬਾਦਲ ਸਾਹਿਬ ਦੇ ਵੱਲੋਂ ਮੁਫਤ ਵਿੱਚ ਆਟਾ ਦਾਲਾ ਦਿੱਤੀਆਂ ਗਈਆਂ ਫਰੀ ਦਾ ਜਿਹੜਾ ਮੋਟਰਾਂ ਆ ਉਹਨਾਂ ਦੇ ਬਿੱਲ ਮਾਫ ਕੀਤੇ ਹੋਏ ਨੇ ਉਹ ਵੀ ਫਰੀ ਦੇ ਵਿੱਚ ਚੱਲ ਰਹੀਆਂ ਨੇ ਹੁਣ ਮਸਲਾ ਇਹ ਆ ਕਿ ਇਹ ਜਿਹੜੀਆਂ ਫਰੀ ਦੀਆਂ ਸਹੂਲਤਾਂ ਲੋਕਾਂ ਨੂੰ ਵੰਡੀਆਂ ਜਾ ਰਹੀਆਂ ਨੇ ਸਰਕਾਰਾਂ ਦੇ ਵੱਲੋਂ ਇਹ ਅਸਲ ਦੇ ਵਿੱਚ ਲੋਕਾਂ ਦੇ ਵਾਸਤੇ ਫਾਇਦੇਮੰਦ ਨੇ ਜਾਂ ਨੁਕਸਾਨਦਾਇਕ ਨੇ ਅਜਿਹਾ ਕਰਕੇ ਸਰਕਾਰ ਲੋਕਾਂ ਦਾ ਭਲਾ ਕਰਦੀ ਹੈ ਕਿ ਆਪ ਦਾ ਭਲਾ ਕਰਦੀ ਹੈ ਸਾਰਾ ਕੁਝ ਜਾਣਾਂਗੇ ਪਰ ਇੱਥੇ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਸਭ ਤੋਂ ਪਹਿਲਾਂ ਇਹ ਜਿਹੜਾ ਫ੍ਰੀ ਵਾਲਾ ਸਿਆਸੀ ਪੈਂਤੜੜਾ ਹੈ ਇਹ ਭਾਰਤ ਦੇ ਵਿੱਚ ਖੇਡਿਆ ਗਿਆ ਸੀ ਤਾਮਿਲਨਾਡੂ ਦੀ ਇੱਕ ਪਾਰਟੀ ਡੀਐਮਕੇ ਦੇ ਵੱਲੋਂ ਉਹਨਾਂ ਨੇ ਲੋਕਾਂ ਨੂੰ ਯਾਨੀ ਕਿ ਆਪਣੇ ਵੋਟਰਾਂ ਨੂੰ ਇਹ ਕਿਹਾ ਸੀ ਵੋਟਾਂ ਲੈਣ ਦੇ ਬਦਲੇ ਵਿੱਚ ਕਿ ਤੁਹਾਨੂੰ ਜਿਹੜੇ ਕਲਰ ਟੀਵੀ ਨੇ ਉਹ ਵੰਡੇ ਜਾਣਗੇ ਉਸ ਵੇਲੇ ਤਾਂ ਜਿਹੜੀ ਉਹਨਾਂ ਦੀ ਵਿਰੋਧੀ ਪਾਰਟੀ ਸੀ ਜੀ ਉਹਨੇ ਵਿਰੋਧ ਕੀਤਾ ਕਿ ਇਹਦਾ ਨਹੀਂ ਹੋਣਾ ਚਾਹੀਦਾ ਪਰ ਜਦੋਂ ਫਿਰ ਵੋਟਾਂ ਆਈਆਂ ਤਾਂ ਉਸੇ ਵਿਰੋਧੀ ਪਾਰਟੀ ਨੇ ਵੀ ਇਸ ਸਿਆਸੀ ਪੰਤੜੇ ਨੂੰ ਖੇਡਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਵੀ ਲੋਕਾਂ ਦੇ ਅੱਗੇ ਹੋਰ ਇਹ ਜਿਹੜਾ ਮੁਫਤ ਦੀਆਂ ਚੀਜ਼ਾਂ ਦੇਣ ਦਾ ਵਾਅਦਾ ਕਰ ਦਿੱਤਾ ਕਿ ਤੁਹਾਨੂੰ ਮੁਫਤ ਦੇ ਵਿੱਚ ਵਿਦਿਆਰਥੀਆਂ ਨੂੰ ਲੈਪਟਾਪ ਦਿੱਤੇ ਜਾਣਗੇ ਮੁਫਤ ਵਿੱਚ ਚੌਲ ਦਿੱਤੇ ਜਾਣਗੇ ਤੇ ਬੀਬੀਆਂ ਨੂੰ ਵੀ ਮਿਕਸਰ ਗ੍ਰਾਈਂਡਰ ਜਿਹੜਿਆ ਉਹ ਦਿੱਤੇ ਜਾਣਗੇ ਤੇ ਆਪਾਂ ਵਾਪਸ ਪੰਜਾਬ ਤੇ ਆ ਜਾਈਏ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ ਇਹ ਚੀਜ਼ ਜਿਹੜੀ ਹੈ ਉਹ ਸ਼ੁਰੂ ਕੀਤੀ ਸੀ ਵੱਡੇ ਬਾਦਲ ਸਾਹਿਬ ਨੇ ਪਹਿਲਾਂ ਉਹਨਾਂ ਨੇ ਕਿਸਾਨਾਂ ਦੇ ਵਾਸਤੇ ਇਹ ਚੀਜ਼ ਨੂੰ ਲੈ ਕੇ ਆਂਦਾ ਕਿ ਮੋਟਰਾਂ ਦੇ ਬਿੱਲ ਮਾਫ ਕੀਤੇ ਮੋਟਰਾਂ ਜਿਹੜੀਆਂ ਵਾ ਉਹ ਫ੍ਰੀ ਦੇ ਵਿੱਚ ਚੱਲਦੀਆਂ ਨੇ ਕਿਸਾਨਾਂ ਦੇ ਲਈ ਖੇਤੀਬਾੜੀ ਦੇ ਲਈ ਜਿਹੜੀਆਂ ਮੋਟਰਾਂ ਚੱਲਦੀਆਂ ਨੇ ਤੇ ਫਿਰ ਆਟਾ ਦਾਲਾਂ ਦੀ ਸਕੀਮ ਸ਼ੁਰੂ ਕਰ ਦਿੱਤੀ ਗਈ ਕਿ ਮੁਫਤ ਦੇ ਵਿੱਚ ਆਟਾ ਦਾਲਾਂ ਦਿੱਤੀਆਂ ਜਾਣੀਆਂ ਉਸ ਤੋਂ ਬਾਅਦ ਕੈਪਟਨ ਸਾਹਿਬ ਨੇ ਫਰੀ ਦੇ ਵਿੱਚ ਮੋਬਾਈਲ ਫੋਨ ਵੰਡੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਸਰਕਾਰ ਆ ਗਈ ਉਹ ਵੀ ਕਿੱਥੇ ਪਿੱਛੇ ਕਿੱਥੇ ਰਹਿੰਦੀ ਹੈ ਆਮ ਆਦਮੀ ਪਾਰਟੀ ਨੇ ਘਰਾਂ ਦੀ ਬਿਜਲੀ ਦੇ ਬਿੱਲ ਮਾਫ ਕਰ ਦਿੱਤੇ ਤੇ ਫਿਰ ਬੀਬੀਆਂ ਦੇ ਵਾਸਤੇ ਬਸਣ ਦਾ ਸਫ਼ਰ ਹੀ ਮੁਫਤ ਦੇ ਵਿੱਚ ਕਰ ਦਿੱਤਾ ਹੁਣ ਉੱਥੇ ਇਹ ਵਿਚਾਰਦੇ ਹਾਂ ਕਿ ਇਹ ਫਰੀ ਵਾਲਾ ਜਿਹੜਾ ਕੰਮ ਲੋਕਾਂ ਵਾਸਤੇ ਫਾਇਦੇਮੰਦ ਹੈ ਕਿ ਨੁਕਸਾਨਦਾਇਕ ਹੈ ਕਿ ਆ ਇਸ ਫਰੀ ਨੂੰ ਆਪਾਂ ਦੋ ਤਰ੍ਹਾਂ ਨਾਲ ਵੰਡ ਸਕਦੇ ਆ ਇੱਕ ਫ੍ਰੀ ਇਹ ਜਿਹਦੇ ਬਾਰੇ ਆਪਾਂ ਹੁਣ ਤੱਕ ਗੱਲ ਕੀਤੀ ਆ ਕਿ ਫ੍ਰੀ ਦੇ ਵਿੱਚ ਚੀਜ਼ਾਂ ਕੋਈ ਕਹਿਣਾ ਵੀ ਅਸੀਂ ਤੁਹਾਨੂੰ ਲੈਪਟਾਪ ਦਿੰਨੇ ਆ ਮੋਬਾਈਲ ਫੋਨ ਦਿੰਨੇ ਆ ਬਿਜਲੀ ਦਿੰਨੇ ਆ ਇਹ ਸਾਰਾ ਕੁਝ ਹੈ ਤੇ ਇਹ ਜਿਹੜਾ ਫ੍ਰੀ ਵਾਲਾ ਆ ਨਾ ਇਹ ਲੋਕਾਂ ਦੇ ਵਾਸਤੇ ਨੁਕਸਾਨਦਾਰ ਕਿਉਂ ਇੱਕ ਹੋਰ ਸ਼੍ਰੇਣੀ ਆਉਂਦੀ ਹੈ ਫ੍ਰੀ ਵਾਲੀ ਕਿ ਸਰਕਾਰ ਦੇ ਵੱਲੋਂ ਮੁਫਤ ਦੇ ਵਿੱਚ ਇਹ ਸਿਰਫ ਇਹ ਸਹੂਲਤਾਂ ਹੀ ਨਹੀਂ ਸਰਕਾਰ ਜਿਹੜੀ ਹੈ ਉਹ ਸਿੱਖਿਆ ਵੀ ਮੁਫਤ ਵਿੱਚ ਦਿੰਦੀ ਹੈ ਜੇਕਰ ਤੁਸੀਂ ਉੱਚੀ ਦੀ ਸਿੱਖਿਆ ਕਰਨੀ ਹੈ ਸਰਕਾਰ ਮਦਦ ਵੀ ਦਿੰਦੀ ਹੈ ਸਰਕਾਰ ਵਜੀਫੇ ਵੀ ਦਿੰਦੀ ਹੈ ਵਿਦਿਆਰਥੀਆਂ ਨੂੰ ਜਿਹੜੇ ਹੁਸ਼ਿਆਰ ਵਿਦਿਆਰਥੀ ਹੁੰਦੇ ਆ ਉਹਨਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਉਹਨਾਂ ਨੂੰ ਸਹੂਲਤਾਂ ਮਿਲਦੀਆਂ ਨੇ ਤੇ ਫਿਰ ਜਿਹੜੇ ਹਸਪਤਾਲ ਦੇ ਵਿੱਚ ਇਲਾਜ ਹੈ ਉਹਨਾਂ ਦੇ ਵਿੱਚ ਕੋਈ ਰਿਆਇਤ ਮਿਲਦੀ ਹੈ ਜਾਂ ਕਿਸਾਨਾਂ ਨੇ ਕੋਈ ਸੰਦ ਲੈਣੇ ਆ ਉਹਨਾਂ ਦੇ ਵਿੱਚ ਸਬਸਿਡੀ ਮਿਲਦੀ ਹੈ ਇਹੋ ਜਿਹੀ ਜਿਹੜੀਆਂ ਸਹੂਲਤਾਂ ਨੇ ਫ੍ਰੀ ਵਾਲੀਆਂ ਉਹ ਹੁੰਦੀਆਂ ਆ ਫਾਇਦੇਮੰਦ ਹੁਣ ਦੇਖੋ ਜੇਕਰ ਆਪਾਂ ਇਹਨੂੰ ਹੋਰ ਜ਼ਿਆਦਾ ਵਧੀਆ ਤਰ੍ਹਾਂ ਜਾਣੀਏ ਜੇਕਰ ਕੋਈ ਬੱਚੇ ਨੂੰ ਸਰਕਾਰ ਮੁਫਤ ਦੇ ਵਿੱਚ ਸਿੱਖਿਆ ਦਿੰਦੀ ਹੈ ਉਹਦਾ ਫਾਇਦਾ ਕਰੇਗਾ ਬੱਚਾ ਪੜਾ ਪੜੇਗਾ ਲਿਖੇਗਾ ਵੱਡਾ ਹੋ ਕੇ ਉਹ ਕਿਸੇ ਕੰਮ ਲੱਗੇਗਾ ਕਮਾਈ ਕਰੇਗਾ ਆਪਣੀ ਕਮਾਈ ਵੀ ਕਰੇਗਾ ਕਿਸੇ ਕੰਮ ਲੱਗੇਗਾ ਨਾਲ ਦੀ ਨਾਲ ਆਪਣੇ ਪਰਿਵਾਰ ਦਾ ਢਿੱਡ ਭਰੇਗਾ ਗੁਜ਼ਾਰਾ ਕਰੇਗਾ ਪਰਿਵਾਰ ਨੂੰ ਚਲਾਏਗਾ ਨਾਲ ਦੀ ਨਾਲ ਫੇ ਕਮਾਈ ਕਰਕੇ ਸਰਕਾਰ ਨੂੰ ਟੈਕਸ ਦੇਵੇਗਾ ਹੁਣ ਕਿਸਾਨਾਂ ਦੇ ਨਾਲ ਜੇਕਰ ਕਿਸਾਨਾਂ ਨੂੰ ਕੋਈ ਚੀਜ਼ ਇਸ ਤਰ੍ਹਾਂ ਮਿਲਦੀ ਐ ਸੰਦ ਮਿਲਦੇ ਆ ਜਾਂ ਜਿਵੇਂ ਵੀ ਆ ਕਿਸਾਨ ਖੇਤੀ ਕਰਦਾ ਆ ਅਨਾਜ ਉਗਾਉਂਦਾ ਤੇ ਪੂਰੇ ਦੇਸ਼ ਦਾ ਢਿੱਡ ਭਰਦਾ ਹੈ ਕਿਉਂਕਿ ਜਿਹੜੀਆਂ ਹੁਣ ਬੱਚਾ ਪੜਦਾ ਲਿਖਦਾ ਆ ਉਹ ਰਿਟਰਨ ਵੀ ਕਰਦਾ ਆ ਟੈਕਸ ਦਿੰਦਾ ਆ ਜੇਕਰ ਕਿਸਾਨ ਆ ਉਹ ਵੀ ਅਨਾਜ ਉਗਾ ਕੇ ਦੇਸ਼ ਨੂੰ ਦਿੰਦਾ ਆ ਹੁਣ ਆ ਜਿਹੜੀਆਂ ਚੀਜ਼ਾਂ ਆ ਤੁਹਾਨੂੰ ਬੱਸਾਂ ਦਾ ਸਫ਼ਰ ਫ੍ਰੀ ਹੋ ਗਿਆ ਤੁਹਾਨੂੰ ਆਟਾ ਦਾਲਾ ਫ੍ਰੀ ਹੋ ਗਈਆਂ ਇਹਦਾ ਨੁਕਸਾਨ ਆ ਲੋਕਾਂ ਨੂੰ ਸਰਕਾਰ ਨੂੰ ਵੀ ਨੁਕਸਾਨ ਹੀ ਨੁਕਸਾਨ ਹੈ ਸਰਕਾਰ ਨੂੰ ਕੋਈ ਫਾਇਦਾ ਨਹੀਂ ਹੁੰਦਾ ਸਰਕਾਰ ਸਿਰਫ ਇੱਕ ਆਪਣੀ ਕੁਰਸੀ ਦੇ ਖਾਤਰ ਇਹ ਸਾਰਾ ਕੁਝ ਕਰਦੀ ਹੈ ਇਹ ਜਿੰਨੀਆਂ ਵੀ ਮੁਫਤ ਦੀਆਂ ਸਹੂਲਤਾਂ ਨੇ ਇਹਨਾਂ ਸਾਰਿਆਂ ਦਾ ਬੋਝ ਜਿਹੜਾ ਹੈ ਨਾ ਕਰ ਰਿਆ ਉਹ ਲੋਕਾਂ ਦੇ ਸਿਰ ਤੋਂ ਹੀ ਸਰਕਾਰ ਨੇ ਭਰਨਾ ਹੁੰਦਾ ਹੈ ਬੋਝ ਲੋਕਾਂ ਦੇ ਸਿਰ ਤੇ ਪੈਂਦਾ ਹੈ ਕਿਉਂਕਿ ਇੱਕ ਸਰਕਾਰ ਨੇ ਪੈਸਾ ਉਡਾ ਦਿੱਤਾ ਦੂਜੀ ਸਰਕਾਰ ਆਈ ਉਹਨੇ ਕਹਿਣਾ ਖਜ਼ਾਨਾ ਖਾਲੀ ਹੈ ਸਰਕਾਰਾਂ ਨੇ ਇਸ ਤਰ੍ਹਾਂ ਹੀ ਕਹਿੰਦੇ ਤੁਰਦੇ ਫਿਰਦੇ ਰਹਿਣਾ ਆ ਪਰ ਅਖੀਰਕਾਰ ਜਿਹੜਾ ਟੈਕਸ ਆ ਵੈਟ ਲੱਗਦਾ ਆ ਜਾਂ ਜੀਐਸਟੀ ਆ ਜਾਂ ਫਿਰ ਮਹਿੰਗਾਈ ਵੱਧਦੀ ਹੈ ਅਗਲੀ ਸਰਕਾਰ ਨੇ ਆਣ ਕੇ ਚੀਜ਼ਾਂ ਨੂੰ ਹੋਰ ਮਹਿੰਗਾ ਕਰ ਦੇਣਾ ਹੈ ਹੋਰ ਜ਼ਿਆਦਾ ਟੈਕਸ ਲੋਕਾਂ ਦੇ ਸਿਰ ਤੋਂ ਵਸੂਲੇਗੀ ਇਹ ਸਾਰਾ ਕੁਝ ਲੋਕਾਂ ਨੂੰ ਹੀ ਆਪਣੇ ਆਪ ਫਿਰ ਤੋਂ ਭਰਨਾ ਪਵੇਗਾ ਹੁਣ ਜੇਕਰ ਦੇਖ ਲਓ ਆਪਾਂ ਕਹਿੰਦੇ ਅਸੀਂ ਬਿਜਲੀ ਬਾਲਦੇ ਆਂ ਬਈ ਬਿਜਲੀ ਮੁਫਤ ਕਰ ਦਿੱਤੀ ਤੇ ਬਿਜਲੀ ਮੁਫਤ ਹੋ ਗਈ ਬਿੱਲ ਅਸੀਂ ਨਹੀਂ ਦੇਣਾ ਪਰ ਉਹ ਜਿਹੜਾ ਬਿਜਲੀ ਬੋਰਡ ਨੂੰ ਕਿਤੇ ਉਹ ਨਾ ਕਿਤੇ ਉਹ ਤਾਂ ਪਰਪਾਈ ਕਰਨੀ ਪੈਣੀ ਹੈ ਨਾ ਤੁਸੀਂ ਮੋਟਰਾਂ ਚਲਾ ਦਿੱਤੀਆਂ 8-8 ਘੰਟੇ ਮੋਟਰਾਂ ਚੱਲਦੀਆਂ ਨੇ ਝੋਨੇ ਦੇ ਸੀਜ਼ਨ ਦੇ ਵਿੱਚ ਪੂਰਾ ਪੂਰਾ ਦਿਨ ਚੱਲਦੀਆਂ ਨੇ ਇੱਕ ਤਾਂ ਜ਼ਮੀਨ ਹੇਠਲਾ ਪਾਣੀ ਗਵਾ ਹੋ ਰਿਹਾ ਆ ਤੇ ਉਹਦਾ ਜਿਹੜਾ ਘਾਟਾ ਆ ਉਹ ਤਾਂ ਕਿਸੇ ਤੋਂ ਵੀ ਪੂਰਾ ਨਹੀਂ ਹੋਣਾ ਫਿਰ ਉੱਥੇ ਵੀ ਕਿਤੇ ਨਾ ਕਿਤੇ ਜਿਹੜਾ ਬਿਜਲੀ ਦਾ ਬਿੱਲ ਆ ਉਹ ਕਿਸੇ ਨਾ ਕਿਸੇ ਨੂੰ ਭਰਨਾ ਪੈਣਾ ਹੈ ਬਿਜਲੀ ਬੋਰਡ ਨੂੰ ਘਾਟਾ ਪੈਂਦਾ ਆ ਬਸਾਂ ਦਾ ਕਿਰਾਇਆ ਜਿਹੜਾ ਉਹ ਨਹੀਂ ਲਿਆ ਜਾ ਰਿਹਾ ਰੋਡਵੇਜ ਨੂੰ ਜਿਹੜਾ ਘਾਟਾ ਪੈ ਰਿਹਾ ਉਹਦੀ ਵੀ ਪਰਪਾਈ ਕਿਸੇ ਨਾ ਕਿਸੇ ਨੇ ਕਰਨੀ ਹੋਈ ਉਹ ਕਿਦੇ ਸਿਰ ਤੋਂ ਹੋਵੇਗਾ ਉਹ ਸਰਕਾਰ ਕਿੱਥੋਂ ਲਿਆਵੇਗੀ ਪੈਸਾ ਉਹ ਪੰਜਾਬ ਦੇ ਲੋਕਾਂ ਤੋਂ ਹੀ ਤਾਂ ਲੈ ਕੇ ਆਣਾ ਆ ਅਸੀਂ ਕਹਿਤਾ ਦਿੰਨੇ ਆ ਕਿ ਸਰਕਾਰਾਂ ਨੇ ਪੰਜਾਬ ਨੂੰ ਲੁੱਟ ਲਿਆ ਸਾਡੇ ਲੋਕਾਂ ਨੂੰ ਲੁੱਟ ਲਿਆ ਪਰ ਇਸ ਲੁੱਟ ਦੇ ਵਿੱਚ ਜਿਹੜਾ ਸਾਡਾ ਯੋਗਦਾਨ ਹੈ ਨਾ ਉਹਨੂੰ ਅਸੀਂ ਭੁਲਾ ਦਿੰਨੇ ਹਮੇਸ਼ਾ ਇੱਥੇ ਆਪਾਂ ਇੱਕ ਬੜੀ ਸਾਦੀ ਜਿਹੀ ਉਦਾਹਰਣ ਦਿੰਨੇ ਆ ਤੁਹਾਡੇ ਘਰੇ ਕੋਈ ਪਰੌਣੇ ਆਉਂਦੇ ਆ ਉਹ ਆਣ ਕੇ ਤੁਹਾਡੇ ਬੱਚੇ ਨੂੰ 500 ਰੁਪਏ ਪਿਆਰ ਦੇ ਕੇ ਜਾਂਦੇ ਆ ਹੁਣ ਉਹਨਾਂ ਦੇ ਨਾਲ ਵੀ ਕੋਈ ਬੱਚਾ ਆ ਤੁਹਾਨੂੰ ਵੀ ਤਾਂ ਦੇਣਾ ਪੈਣਾ 500 ਰੁਪਏ ਤੁਸੀਂ ਉਹਨੂੰ ਦਿੱਤਾ ਪਰ ਤੁਹਾਡਾ ਬੱਚਾ ਹੈ ਜਿਹੜਾ ਜਾਂ ਤੁਸੀਂ ਹੋ ਕਈ ਲੋਕ ਇਹ ਚੀਜ਼ ਨੂੰ ਭੁੱਲ ਜਾਂਦੇ ਨੇ ਕਿ ਉਹਨੂੰ ਜਿਹੜਾ 500 ਰੁਪਏ ਮਿਲਿਆ ਬੜੇ ਖੁਸ਼ ਹੁੰਦੇ ਨੇ ਕਿ ਸਾਨੂੰ 500 ਮਿਲ ਗਿਆ ਪਰ ਤੁਸੀਂ ਵੀ ਅਗਲੇ ਨੂੰ ਦਿੱਤਾ ਇੱਥੇ ਸਿਰਫ ਲੈਣ ਦਾ ਦੇਣ ਹੁੰਦਾ ਹੈ ਇਸੇ ਤਰ੍ਹਾਂ ਸਰਕਾਰ ਲੋਕਾਂ ਦੇ ਨਾਲ ਕਰਦੀ ਹੈ ਹੁਣ ਆਪਾਂ ਜਦੋਂ ਫ੍ਰੀ ਬਿਜਲੀ ਦੀ ਗੱਲ ਕਰਦੇ ਆ ਇੱਥੇ ਤੁਹਾਨੂੰ ਇੱਕ ਉਦਾਹਰਨ ਹੋਰ ਦਿੰਨੇ ਆ ਫ੍ਰੀ ਬਿਜਲੀ ਦੀ ਉਦਾਹਰਨ ਜਿਹੜੀ ਹੈ ਈਟੀਵੀ ਭਾਰਤ ਦੀ ਮਾਰਚ ਮਹੀਨੇ ਦੀ ਖਬਰ ਆ ਕਿ ਬਿਜਲੀ ਵਿਭਾਗ ਦੇ ਇੱਕ ਅਫਸਰ ਨੇ ਦੱਸਿਆ ਪੰਜਾਬ ਬਿਜਲੀ ਭਾਗ ਦਾ 9000 ਕਰੋੜ ਰੁਪਇਆ ਖੇਤੀਬਾੜੀ ਖੇਤਰ ਦਾ ਬਕਾਇਆ ਸਰਕਾਰ ਨੇ ਅਦਾ ਕਰਨਾ ਹੈ 9000 ਕਰੋੜ 2600 ਕਰੋੜ ਰੁਪਏ ਦਾ ਬਕਾਇਆ ਸਰਕਾਰੀ ਦਫ਼ਤਰਾਂ ਵੱਲੋਂ ਬਿਜਲੀ ਵਿਭਾਗ ਦਾ ਖੜਾ ਆ 4000 ਕਰੋੜ ਸਰਕਾਰ ਵੱਲੋਂ 600 ਯੂਨਿਟ ਦਿੱਤੀ ਗਈ ਮੁਫਤ ਬਿਜਲੀ ਦਾ ਬਕਾਇਆ ਬਣ ਜਾਣਾ ਹੈ ਜੋ ਕਿ ਅਗਲੇ ਸਾਲ ਵਿੱਤੀ ਸਾਲ ਤੱਕ ਸਭ ਜਿਹੜੀ ਵੀ ਰਕਮ 20000 ਕਰੋੜ ਬਣ ਜਾਣੀ ਹੈ ਪੰਜਾਬ ਦੇ ਵਿੱਚ ਜ਼ੀਰੋ ਬਿੱਲ ਸਰਕਾਰ ਤੇ ਪਾਵਰ ਕਮ ਦੋਹਾਂ ਦੇ ਵਾਸਤੇ ਘਾਟੇ ਦਾ ਸੌਦਾ ਹੈ ਸਰਕਾਰ ਨੂੰ ਇਸ ਤੋਂ 3500 ਤੋਂ ਲੈ ਕੇ 4000 ਕਰੋੜ ਦਾ ਨੁਕਸਾਨ ਚਲਣਾ ਪੈ ਰਿਹਾ ਹੈ ਸਵਾਲ ਤਾਂ ਹੁਣ ਇਹ ਹੈ ਕਿ ਪੰਜਾਬ ਪਹਿਲੋਂ ਹੀ ਕਰਜ਼ੇ ਦੇ ਥੱਲੇ ਡੁੱਬ ਰਿਹਾ ਹੈ ਤਾਂ ਇਹ ਸਾਰਾ ਪੈਸਾ ਜਿਹੜਾ ਆ ਇਹ ਪੰਜਾਬ ਕਿੱਥੋਂ ਲੈ ਕੇ ਆਵੇਗਾ ਆਉਣ ਵਾਲੀ ਸਰਕਾਰ ਇਹ ਜਿਹੜਾ ਖਜ਼ਾਨਾ ਖਾਲੀ ਹੋ ਰਿਹਾ ਜਾਂ ਪੈਸਾ ਆ ਉਹ ਕਿੱਥੋਂ ਕੱਢੇਗੀ ਉਹ ਲੋਕਾਂ ਦੇ ਕੋਲੋਂ ਹੀ ਕੱਢਣਾ ਆ ਅਜਿਹੇ ਸਵਾਲ ਜਿਹੜੇ ਆ ਕਿ ਪੰਜਾਬ ਕਿੱਥੋਂ ਪਰਪਾਈ ਕਰੇਗਾ ਪੰਜਾਬ ਦੇ ਸਿਰ ਜਿਹੜਾ ਕਰਜ਼ਾ ਝਾੜਿਆ ਜਾ ਰਿਹਾ ਉਹ ਕੌਣ ਅਦਾ ਕਰੇਗਾ ਇਹ ਸਵਾਲ ਜਿਹੜੇ ਆ ਸਿਰਫ ਅੱਜ ਦੀ ਸਰਕਾਰ ਤੇ ਨਹੀਂ ਪਹਿਲੀਆਂ ਸਰਕਾਰਾਂ ਨੂੰ ਵੀ ਕਰਨੇ ਬਣਦੇ ਨੇ ਕਿ ਜਿਹੜੇ ਪਹਿਲਾਂ ਆਟਾ ਦਾਣਾ ਮੁਫਤ ਵਿੱਚ ਦਿੱਤੇ ਨੇ ਜਿਹੜੇ ਮੋਬਾਈਲ ਫੋਨ ਵੰਡੇ ਨੇ ਜਿਹੜੇ ਬਿੱਲ ਮਾਫ ਕੀਤੇ ਗਏ ਨੇ ਉਹਨਾਂ ਦੀ ਅਦਾਇਗੀ ਕੌਣ ਕਰੇਗਾ ਜਿਹੜੀਆਂ ਸਰਕਾਰਾਂ ਆ ਉਹਨਾਂ ਨੇ ਕਰਜ਼ੇ ਛਾੜ ਕੇ ਚਲੇ ਜਾਣਾ ਨਵੀਂ ਸਰਕਾਰ ਆਉਣੀ ਆ ਉਹਨੇ ਹੋਰ ਕਰਜ਼ਾ ਝਾੜ ਦੇਣਾ ਆ ਪੰਜਾਬ ਨੂੰ ਕਰਜ਼ੇ ਦੇ ਥੱਲੇ ਡੁੱਬਿਆ ਜਾ ਰਿਹਾ ਹੈ ਪਰ ਇਸ ਦੀ ਅਦਾਇਗੀ ਕੌਣ ਕਰੇਗਾ ਇਸ ਦੀ ਪਰਪਾਈ ਕੌਣ ਕਰੇਗਾ ਸਰਕਾਰਾਂ ਨੇ ਵੋਟਾਂ ਲੈਣੀਆਂ ਆ ਨਵੀਂ ਸਰਕਾਰ ਆਉਣੀ ਆ ਉਹਨੇ ਫਿਰ ਤੋਂ ਇਹੀ ਸਟੰਟ ਖੇਡਣ ਆ ਕਿ ਅਸੀਂ ਤੁਹਾਨੂੰ ਫ੍ਰੀ ਦੇ ਵਿੱਚ ਆ ਦਿੰਨੇ ਆ ਆ ਦਿੰਨੇ ਆ ਤੇ ਸਾਡੇ ਲੋਕ ਬੜੇ ਖੁਸ਼ ਹੋ ਜਾਂਦੇ ਨੇ ਜੀ ਸਾਨੂੰ ਮੁਫਤ ਦੇ ਵਿੱਚ ਬਿਜਲੀ ਮਿਲ ਰਹੀ ਹੈ ਆ ਸਰਕਾਰ ਚੰਗੀ ਹੈ ਉਹ ਸਰਕਾਰ ਨੇ ਸਾਨੂੰ ਕੁਝ ਨਹੀਂ ਦ ਪਰ ਥੋੜਾ ਵਿਚਾਰੋ ਆਪਣੇ ਦਿਮਾਗਾਂ ਨੂੰ ਖੋਲੋ ਜਾਗਰੂਕ ਹੋਵੋ ਕਿ ਮੁਫਤ ਦੇ ਵਿੱਚ ਕਿਹੜੀ ਚੀਜ਼ ਤੁਹਾਡੇ ਭਲੇ ਵਾਸਤੇ ਆ ਤੇ ਕਿਹੜੀ ਚੀਜ਼ ਤੁਹਾਡੇ ਲਈ ਨੁਕਸਾਨਦਾਇਕ ਆ ਮੁਫਤ ਦੀ ਬਿਜਲੀ ਮੁਫਤ ਦਾ ਬੱਸ ਸਫਰ ਇਹ ਕੋਈ ਚੰਗੀਆਂ ਸਹੂਲਤਾਂ ਨਹੀਂ ਆ ਜਿਹੜੀਆਂ ਲੋਕਾਂ ਨੂੰ ਦਿੱਆਂ ਜਾ ਰਹੀਆਂ ਲੋਕਾਂ ਨੂੰ ਕੰਮੀ ਲਾਓ ਲੋਕਾਂ ਨੂੰ ਰੁਜ਼ਗਾਰ ਉਹ ਲੋਕ ਕਮਾਈ ਕਰਨ ਤੇ ਆਪਣੇ ਖਰਚੇ ਆਪੇ ਕਰਨ ਕੀ ਕਰਨਾ ਕਿਸੇ ਨੇ ਬਸ ਦਾ ਫ੍ਰੀ ਸਫਰ ਕੀ ਕਰਨੀ ਹੈ ਇਹ ਮੁਫਤ ਦੀਆਂ ਬਿਜਲੀਆਂ ਲੋਕਾਂ ਨੂੰ ਕਮਾਈ ਚਾਹੀਦੀ ਹੈ ਤੇ ਇਹ ਚੀਜ਼ ਲੋਕਾਂ ਨੂੰ ਖੁਦ ਨੂੰ ਸੋਚਣੀ ਚਾਹੀਦੀ ਹੈ ਕਿ ਸਰਕਾਰ ਨੂੰ ਜਦੋਂ ਕਿਸੇ ਸਿਆਸੀ ਪਾਰਟੀ ਨੂੰ ਵੋਟ ਪਾਉਣੀ ਹੈ ਤਾਂ ਹਮੇਸ਼ਾ ਆਪਣੇ ਦਿਮਾਗ ਨੂੰ ਖੋਲ ਕੇ ਵੋਟ ਪਾਓ